ਆ ਹੀ ਬਣਦਾ ਨਾ ਸਾਹਮਣੇ ਵਾਲਾ ਬਸ ਠੀਕ ਓਏ ਤੇ ਵਾਹਵਾ ਕੁਛ ਬਣਾ ਲਿਆ ਇਹਨਾਂ ਨੇ ਮੈਨੂੰ ਕਹਿੰਦਾ ਸੀ ਰੰਗ ਬਚ ਜਾਏਗਾ ਤੇ ਚਲੋ ਇਹ ਆ ਕਿ ਵੀ ਮੈਂ ਕਿਹਾ ਚਲੋ ਰੰਗ ਬਚ ਜਾਏਗਾ ਯਾਰ ਤੇ ਉਹ ਬੈਕ ਸਾਈਡ ਤੇ ਡੇਰਾ ਹੈਗਾ ਚਲੋ ਮੈਂ ਕਿਹਾ ਉਹਦੇ ਦਰਵਾਜ਼ੇ ਦਰਵਾਜ਼ੇ ਕਰਵਾ ਲਾਂਗੇ ਠੀਕ ਹੈ ਤੇ ਰੰਗ ਆਇਆ ਬਚਿਆ ਹੈ ਤੇ ਕੰਮ ਨੌਵੀਆਂ ਨੌ ਬਾਲਟੀਆਂ ਵੱਡੀਆਂ ਲਿਆਂਦੀਆਂ ਤੇ 11 ਇਹ ਲਿਆਂਦੀ ਛੋਟੀ ਤੇ ਕੰਮ ਕਿੰਨਾ ਕੁ ਰਹਿੰਦਾ ਕਿੰਨਾ ਕੁ ਹੁਣ ਰਹਿੰਦਾ ਕੀ ਬਸ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਓਕੇ ਆ ਮੈਂ ਗਿਆ ਤਾਂ ਥੋੜ੍ਹਾ ਜਿਹਾ ਰਹਿੰਦਾ ਸੀ ਉਹ ਮੈਂ ਉਹਨੂੰ ਕਿਹਾ ਤੂੰ ਇੱਕ ਮੁੰਡਾ ਰਹਿ ਲਵੇ ਤੇ ਅੱਧੇ ਘੰਟੇ ਦਾ ਕੰਮ ਆ ਤੇ ਆ ਹੁਣ ਉਹ ਕਹਿੰਦਾ ਜੀ ਡੱਬੇ ਲੈ ਚੱਲੇ ਸੀ ਚਾਹੀਦੇ ਸੀ ਪਤਾ ਨਹੀਂ ਕੀ ਕਰਨੇ ਆ ਇਹ ਸਾਰਾ ਫਰੰਟ ਵਿੱਚ ਆ ਰਿਹਾ ਇਹ ਸਾਰਾ ਫਰੰਟ ਵੀ ਵਿੱਚ ਆ ਗਿਆ ਤਾਂ 15-20 ਫੁੱਟ ਆਪਾਂ ਨੂੰ ਅੱਗੇ ਵੀ ਜਾਣਾ ਪੈਣਾ ਵਾ ਅੱਛਾ 20 ਫੁੱਟ ਅੱਗੇ ਵੀ ਜਾਣਾ ਅੱਗੇ ਵੀ ਜਾਣਾ ਆਪਾਂ 20 ਫੁੱਟ ਇੱਕ ਸੈਕਿੰਡ 20 ਫੁੱਟ ਅੱਗੇ ਆ ਫਿਰ ਅੱਗੇ ਠੀਕ ਹੋ ਮੈਂ ਤੇ ਇਹਨਾਂ ਨੂੰ ਕਿਹਾ ਸੀ ਮੈਂ ਕਿਹਾ ਭਾਈ ਤੇ ਇੱਥੋਂ ਸ਼ੁਰੂ ਕਰ ਦੇਣਾ ਤੁਸੀਂ ਵਾਰੇ ਜੀ ਨਹੀਂ ਸਾਨੂੰ ਗੱਡੀਆਂ ਮੰਗਾਉਣੇ ਆ ਆਪਾਂ ਬਸ ਠੀਕ ਹਾਂ ਵੈਰੀ ਗੁੱਡ ਤੂੰ ਫੋਨ ਕਰ ਦੇਣਾ ਠਹਿਰ ਜਾ ਬਲਕਿ ਤੂੰ ਨਾ ਕਰ ਮੈਂ ਆਪ ਹੀ ਕਰਦਾ ਪਾਣੀ ਵਾਲੇ 20 ਦੀ ਵਾਲੇ ਹੋਣੇ ਏਡੀ ਮੋਟੀ ਕੰਧ ਕੀਤੀ ਪਾਣੀ ਹੈਲੋ ਭਾਜੀ ਭਾਜੀ ਸਰ ਇੱਧਰ ਤਾਂ ਆਓ ਕੀ ਗੱਲ ਆ ਕੀ ਲਿਖੀ ਜਾਂਦੇ ਹੋ ਮੈਂ ਕਿਹਾ ਸਾਨੂੰ ਵੀ ਦੱਸੋ ਉਧਰ ਤਾਂ ਆਓ ਅੱਗੇ ਨੂੰ ਉਹ ਵੀਰ ਹਾਂਜੀ ਉਰੇ ਤਾਂ ਆ ਯਾਰ ਇੱਕ ਮਿੰਟ ਠਹਿਰ ਜੇ ਇੱਦਾਂ ਦੇ ਮੱਲੇ ਚ ਹੁੰਦੇ ਆ ਸਿਰ ਖਪਾਏ ਫੜੀ ਮਿਲ ਕੇ ਆਓ ਜ਼ਰਾ ਹਾਂਜੀ ਭਾਈ ਬੈਠੋ ਕੀ ਗੱਲ ਆ ਗੱਲ ਕੋਈ ਵੀ ਨਹੀਂ ਕੰਮ ਕਰਨ ਦਾ ਹੈ ਕੰਮ ਕੀ ਕਰਨ ਦਾ ਹੈ ਘਰ ਸਾਡਾ ਆ ਤੁਸੀਂ ਉਧਰ ਨੂੰ ਵੇਖੀ ਜਾਣ ਦਾ ਹੈ ਲਿਖੀ ਜਾ ਰਹੇ ਹੋ ਵੇਖੀ ਜਾ ਰਹੇ ਹੋ ਆ ਲਿਖੋ ਕੀ ਲਿਖ ਕੀ ਰਹੇ ਹੋ 20 ਫੁੱਟ ਇੱਕ 20 ਫੁੱਟ ਇੱਕ ਭਾਜੀ ਇੱਧਰ ਦੇਖੋ ਉਹ ਵੀਰੇ 30 ਫੁੱਟ ਦੋ ਉਹ ਸੁਣਿਆ ਮੈਂ ਦੱਸਦਾ ਕਿ ਮੈਂ ਬੱਚੇ ਨੂੰ ਕੰਮ ਕਰਨ ਦਾ 30 ਇੱਕ ਮਿੰਟ ਬੱਚਾ ਭਾਜੀ ਕਿਹੜਾ ਉੱਥੇ ਸ਼ੀਸ਼ਾ ਫੈਕਟਰੀ 'ਚ ਲੱਗਾ ਉਹ ਗੱਲ ਸੁਣੇ ਤੇ ਮੇਰੇ ਵੇ ਕੀ ਗੱਲ ਕੀ ਆ ਸਰ ਨਾਲ ਗੱਲ ਕਰੋ ਤੁਸੀਂ ਸਰ ਨਾਲ ਅੱਛਾ ਤੇ ਗਹਿਰਾਈ ਕਰ ਲਾ 210 ਫੁੱਟ ਕਰ ਲਾ ਕਿੱਥੇ ਦੀ ਗਹਿਰਾਈ ਆ ਮੈਂ ਦੱਸਦਾ ਭਾਜੀ ਉਹ ਯਾਰ ਭਾਈ ਮੇਰਾ ਘਰ ਆ ਮੇਰੇ ਨਾਲ ਗੱਲ ਕਰ ਕੀ ਗੱਲ ਕੀ ਆ ਅੱਗੇ ਉਧਰ ਤੁਹਾਡਾ ਘਰ ਹੈ ਆਹੋ ਕੀ ਨਾਮ ਤੁਹਾਡਾ ਹਾਜੀ ਮੁਸ਼ਤਾਕ ਹਾਜੀ ਮੁਸ਼ਤਾਕ ਸਾਹਿਬ ਤੇ ਕੰਮ ਕੀ ਕਰਦੇ ਹੋ ਸਰੀਏ ਦਾ ਕੰਮ ਆ ਸਾਡਾ ਸਰੀਆ ਜਿਹੜਾ ਗਟਰ ਚ ਫੇਰੀਦਾ ਹਾਂਜੀ ਛੱਤਾਂ ਜੀ ਪੈਂਦਾ ਲੈਂਟਰ ਲੂਟਰ ਚ ਗਟਰ ਹੀ ਯਾਦ ਤੁਹਾਨੂੰ ਅੱਛਾ ਲੈਂਟਰ ਵਾਲਾ ਵੀ ਉਹੀ ਆ ਓਕੇ ਓਕੇ ਠੀਕ ਹੈ ਵੈਰੀ ਗੁੱਡ ਇਹ ਕੌਣ ਹੈ ਤੁਹਾਡਾ ਭਾਈ ਹੈ ਹਾਂਜੀ ਇਹ ਕੀ ਕੌਣ ਹੈ ਤੁਹਾਡਾ ਇਹ ਆਪਣਾ ਕਜ਼ਨ ਹੀ ਆ ਅੱਛਾ ਹਾਂ ਠੀਕ ਅੱਛਾ ਤੁਸੀਂ ਇਸ ਤਰ੍ਹਾਂ ਕਰੋ ਤੁਸੀਂ ਕੰਮ ਸ਼ੁਰੂ ਕਰਾਓ ਫੜੀ ਤੋਦੀ ਆਪ ਹੀ ਫੜ ਲਾ ਯਾਰ ਅੱਛਾ ਹਾਜੀ ਮੁਸ਼ਤਾਕ ਸਾਹਿਬ ਮਕਾਨ ਨੰਬਰ 272 ਕਿਹੜਾ ਵਾ ਮੇਰਾ ਹੀ ਹੈ ਇਹੀ ਬਣਦਾ ਵਾ ਹਾਂਜੀ ਯਾਰ ਮੈਨੂੰ ਸਮਝ ਨਹੀਂ ਆਉਂਦੀ ਤੁਸੀਂ ਕੀਤਾ ਕੀ ਆ ਅਸੀਂ ਕੀ ਕੀਤਾ ਆ ਕੀਤਾ ਸੀ ਮਕਾਨ ਬਣਾਇਆ ਆ ਆਪਣਾ ਕਰਨਾ ਕੀ ਆ ਨਹੀਂ ਮਕਾਨ ਬਣਾਓ ਮੈਂ ਕਿਹੜਾ ਤੁਹਾਨੂੰ ਰੋਕਣ ਡਿਆ ਵਾਂ ਤੇ ਕਿੰਨੀ ਦੇਰ ਹੋ ਗਈ ਇਹਨੂੰ ਬਣਾਏ ਨੂੰ ਹੋ ਗਏ ਇਹਨਾਂ ਨੂੰ ਮਹੀਨਾ ਡੇਢ ਮਹੀਨਾ ਹੀ ਹੋਇਆ ਜੀ ਕੰਪਲੀਟ ਹੋਏ ਨੂੰ ਹਾਂਜੀ ਤੁਸੀਂ ਮੈਨੂੰ ਇਹ ਦੱਸੋ ਕਿ ਮਕਾਨ ਬਣਾਉਣ ਤੋਂ ਪਹਿਲੇ ਤੁਹਾਨੂੰ ਇੱਥੇ ਮੱਲੇਦਾਰ ਨੇ ਖੱਬੇ ਸੱਜੇ ਨੇ ਕੋਈ ਗੱਲ ਨਹੀਂ ਦੱਸੀ ਕਿਉਂ ਅਸੀਂ ਉਹਨਾਂ ਦੇ ਪੱਲਿਓਂ ਬਣਾਇਆ ਆਪਣੇ ਪੈਸੇ ਦਾ ਬਣਾਇਆ
ਮਹੱਲੇਦਾਰ ਕੌਣ ਹੁੰਦੇ ਸਾਨੂੰ ਕਹਿਣ ਵਾਲੇ ਵੀ ਇਹ, ਅਸੀਂ ਕਿਉਂ ਪੁੱਛੀਏ ਉਹਨਾਂ ਨੂੰ? ਨਹੀਂ, ਕਿਸੇ ਨੇ ਕੋਈ ਗੱਲ ਵੀ ਨਹੀਂ ਦੱਸੀ। ਕਿਉਂ ਅਸੀਂ ਪੁੱਛੀਏ, ਕਿਉਂ ਗੱਲ ਦੱਸੀਏ ਯਾਰ? ਅਸੀਂ ਕਿਸੇ ਕੋਲ ਇੱਟਾਂ ਲਈਆਂ ਹੈ ਵੀ ਅਸੀਂ ਸੀਮਿੰਟ ਲਿਆ, ਆਪਣੇ ਪੈਸਿਆਂ ਦਾ ਮਕਾਨ ਬਣਾਇਆ। ਇਹਨਾਂ ਨੇ ਜਾਂ ਇਹਨਾਂ ਨੇ ਇਹਨਾਂ ਦਾ ਕੰਮ ਕੀ ਹੈ? ਮਕਾਨ ਭਾਜੀ ਪ੍ਰਾਪਰਟੀ ਮੇਰੀ ਹੈ, ਬਣਾਇਆ ਮੈਂ ਆ ਤੁਹਾਡੇ ਲੱਗ, ਇਹ ਉਹ ਕੌਣ ਲੱਗਦੇ ਆ? ਸੁਣੋ ਮੇਰੀ ਗੱਲ, ਇਹ ਮਕਾਨ ਤੁਹਾਡਾ ਹੀ ਹੈ, ਮੈਂ ਕਿਹੜਾ ਕਹਿਣਾ ਮੇਰਾ ਵਾ? ਤੁਸੀਂ ਮੇਰੀ ਗੱਲ ਫਾਲੋ ਕਰੋ ਵੀ ਤੁਹਾਨੂੰ ਮੱਲੇ ਚੋਂ ਜਦੋਂ ਇੰਨਾ ਤੁਸੀਂ ਮਟੀਰੀਅਲ ਸਟਾਇਆ, ਕਿਸੇ ਨੇ ਕੋਈ ਗੱਲ ਨਹੀਂ ਦੱਸੀ ਵੀ ਭਾਈ ਕਿਉਂ ਰੇਤਾ ਬਜਰੀ ਟਾਈਲਾਂ ਸਟਾਈ? ਭਾਜੀ ਅਸੀਂ ਜਗ੍ਹਾ ਲਈ ਆ, ਜਗ੍ਹਾ ਲੈ ਕੇ ਰੇਤਾ ਬਜਰੀ ਸਾਰਾ ਕੁਛ ਸਿਸਟਮ ਰੇਤਾ ਨਾਲ ਬਣਨਾ ਆ, ਹੈਂ, ਹੋਰ ਸਲੇਸ਼ ਨਾਲ ਮਕਾਨ ਬਣਨਾ। ਇਹ ਅਸਲ 'ਚ ਨਾ ਫਿਰ ਆਹੋ ਮੈਂ ਮਕਾਨ ਬਿਲਡਿੰਗ ਕਰਾਉਣਾ ਹੈ, ਸਰਕਾਰੀ ਮੁਲਾਜ਼ਮ ਇਹ ਮੇਰਾ ਕਾਰਡ, ਤੁਹਾਨੂੰ ਮੇਰੀ ਸਾਰੀ ਸਮਝ ਲੱਗ ਗਈ ਕਿ ਮੈਂ ਕੌਣ। ਆਹੋ ਲੇਕਿਨ ਠੀਕ ਹੈ ਤੇ ਸਰ ਤੁਸੀਂ ਲਿਖ ਕਿਉਂ ਰਹੇ ਹੋ, ਕੀ ਵਜੂਹਾਂ ਕੀ ਹੈ? ਐ ਹੁਣ ਤੁਸੀਂ ਪਤਾ ਲੱਗ ਗਿਆ ਨਾ ਕਿ ਅਸੀਂ ਕੌਣ, ਕਿਉਂਕਿ ਅਸੀਂ ਐਵੇਂ ਨੂੰ ਤੁਰੇ ਫਿਰਦੇ ਸੀ ਮੁਲਾਜ਼ਮ ਸਰਕਾਰ ਦੇ ਭੇਜੇ ਹੋਏ। 11/3/2022 ਸਾਡੀ ਇੱਕ ਸਪੈਸ਼ਲ ਟੀਮ ਆਈ ਸੀ, ਸਰਕਾਰ ਨੇ ਭੇਜੀ ਸੀ, ਕਿਉਂਕਿ ਇਹ ਜਗ੍ਹਾ 'ਤੇ ਨਿਸ਼ਾਨ ਲੱਗਿਆ ਸੀ, ਕਿਉਂਕਿ ਇੱਥੋਂ ਨਿਕਲਿਆ ਸੀ ਪੈਟਰੋਲ, ਠੀਕ ਹੈ, ਮਸ਼ੀਨਾਂ ਲਾ ਕੇ ਉਹਨੇ ਚੈੱਕ ਕਰ ਲਿਆ ਸੀ, ਬਕਾਇਦਾ ਨਿਸ਼ਾਨ ਵੀ ਲਾਇਆ। ਔਰ ਮੈਂ ਹੈਰਾਨ ਇਹ ਹਾਂ ਕਿ ਕਿਸੇ ਮਹੱਲੇਦਾਰ ਨੇ ਨਹੀਂ ਤੁਹਾਨੂੰ ਦੱਸਿਆ ਵੀ ਯਾਰ ਵਿਜ਼ਿਟ ਹੋਇਆ ਇਸ ਜਗ੍ਹਾ ਦਾ। ਮਸ਼ੀਨ ਨੇ ਕੱਢਿਆ ਪੈਟਰੋਲ ਯਾਰ, ਮਸ਼ੀਨ ਕਿੱਥੋਂ ਆ ਗਈ ਹੈ? ਅਸੀਂ ਏਡੀਆਂ ਡੂੰਘੀਆਂ ਨੀਆਂ ਸੀ ਸਾਡੀਆਂ, ਠੀਕ ਹੈ, ਪਟਾਈ ਕੀਤੀ ਹੈ, ਇਹ ਤਾਂ ਖੰਡਰ ਸੀ ਜਿਹਨੂੰ ਅਸੀਂ ਟਰਾਲੀਆਂ ਪਵਾ ਕੇ ਪੁਰ ਕੀਤਾ ਹੈ। ਸਾਨੂੰ ਤਾਂ ਕਦੀ ਇੱਥੇ ਖੁਸ਼ਬੂ ਨਹੀਂ ਆਈ, ਬੋ ਨਹੀਂ ਆਈ ਪੈਟਰੋਲ ਦੀ, ਪੈਟਰੋਲ ਕਿੱਥੋਂ ਨਿਕਲਿਆ? ਖੁਸ਼ਬੂ ਆਵੇ ਇੱਥੇ, ਖੁਸ਼ਬੂ ਭਰਾਵਾ ਤੂੰ ਇੱਥੇ ਕਿਹੜਾ ਗੋਲਾ ਮਾਫੀ ਦੇਵੇ, ਹੈਵਕ ਦੱਬ ਕੇ ਗਿਆ ਆ। ਨਹੀਂ ਹੁਣ ਤੁਹਾਨੂੰ ਮੇਰੀ ਗੱਲ ਇਹ ਦੱਸਣ ਲੱਗਾ, ਅੱਛਾ ਸਾਰੀ ਜਗ੍ਹਾ ਨਹੀਂ ਆ ਰਹੀ ਤੁਹਾਡੀ, ਤੁਸੀਂ ਪਰੇਸ਼ਾਨ ਨਾ ਹੋਵੇ, ਜਿਹੜੀ 3 ਫੁੱਟ ਵਾਲੀ ਨੁੱਕਰ ਹੈ ਜਾ ਮੇਰਾ ਵੀਰ ਕੰਮ ਕਰ ਜਾ ਕੇ। ਨਹੀਂ ਤੁਸੀਂ ਪਰੇਸ਼ਾਨ ਨਾ ਹੋਵੇ, ਸਾਰੀ ਜਗ੍ਹਾ ਵਿੱਚ ਨਹੀਂ ਆ ਰਹੀ, ਜਿਹੜੀ 3 ਫੁੱਟ ਨੁੱਕਰ ਆ ਨਾ ਸਿਰਫ ਇਹ ਬਚਦੀ ਹੈ, ਇਹ 3 ਫੁੱਟ ਤੁਹਾਡੀ ਹੈ। ਮੈਂ 3 ਫੁੱਟ ਕੀ ਕਰਨੀ ਹੈ? ਮੈਂ ਉੱਥੇ ਕਮਰਾ ਖੜਾ ਹੋ ਕੇ ਸੌਣਾ ਹੈ, ਤੁਹਾਡੇ ਕਿੰਨੇ ਕੁ ਜੀ ਆ ਕਰਦੇ? ਲੈ ਅਸੀਂ ਮਾਸ਼ਾਅੱਲਾ 11-12 ਜੀ ਹੈ ਤੇ ਬਸ 3 ਫੁੱਟ ਨੂੰ ਤਾਂ ਨੂੰ ਲਾਇਓ ਜਿੰਨਾ ਮਰਜ਼ੀ, ਤੁਹਾਨੂੰ ਕੋਈ ਨਹੀਂ ਰੋਕਦਾ। ਯਾਨੀ ਬੰਦੇ ਤੇ ਬੰਦਾ ਮੋਢਿਆਂ ਤੇ ਖਲੋਈ ਜਾਵੇ ਤਾਂ ਨੂੰ ਜਾਈ ਜਾਵੇ, ਬਿਲਡਿੰਗ ਅੱਛੀ ਬਣ ਜਾਵੇ, ਤੈਨੂੰ ਐਡੀ ਕਿਹੜੀ ਜ਼ਰੂਰਤ ਹੈ ਸਾਡੀ ਦੂਜੀ ਜਗ੍ਹਾ ਦੀ ਕਰੇ? ਨਹੀਂ ਮੈਂ ਜਗ੍ਹਾ ਸਾਡੀ ਹੈ, ਥੋੜੀ ਕਰ ਲਿਆ, ਕਿਸ ਹਿਸਾਬ ਦੇ ਨਾਲ ਕਹਿ ਰਹੇ ਆ? ਤੁਹਾਨੂੰ ਮੈਂ ਅੱਗੇ ਕਾਰਡ ਦਿਖਾਇਆ ਨਾ ਆਪਣਾ, ਕਾਰਡ ਦਿਖਾਇਆ ਜਾ, ਕਾਰਡ ਜਾ ਕੇ ਲੈ ਕੇ ਜਾ। ਮੈਂ 3.25 ਕਰੋੜ ਰੁਪਈਆ ਮਕਾਨ ਤੇ ਲਾਇਆ, ਤੈਨੂੰ ਤੂੰ ਲੈ ਰਿਹਾ ਹੁਣ ਪੈਟਰੋਲ ਤੇਰਾ ਨਿਕਲ, ਤੇਰਾ ਇੱਥੇ ਪੈਟਰੋਲ ਤੂੰ ਭੁੱਲ ਕੇ ਗਿਆ ਸੀ? ਨਹੀਂ ਤੁਸੀਂ ਸਭਾ ਨਹੀਂ, ਤੂੰ ਭੁੱਲ ਕੇ ਗਿਆ ਸੀ ਇੱਥੇ ਵੀ ਤੇਰਾ ਪੰਪ ਲੱਗਾ ਸੀ ਤੇ ਤੂੰ ਗਰਕ ਹੋ ਗਿਆ, ਪੰਪ ਤੇਰਾ ਥੱਲੇ ਚਲ ਗਿਆ, ਪੈਟਰੋਲ ਬਾਹਰ ਆ ਗਿਆ। ਇਹ ਘਰ ਆ ਮੇਰਾ, 3.25 ਕਰੋੜ ਰੁਪਈਆ ਮੈਂ ਲਾਇਆ, ਮੈਂ 4.5-4 ਲੱਖ 'ਚ ਮਕਾਨ ਬਣਾਇਆ, ਮੈਂ ਢਾਲ ਮੈਂ ਫੌਰੀ। ਇਹ ਤੁਹਾਨੂੰ ਮੈਂ ਕਿਹਾ ਸੀ ਵੀ ਲਾਸਟ 3 ਕਰੋੜ, ਤੂੰ ਕੌਣ ਹੁੰਦਾ ਕਹਿਣ ਵਾਲਾ? ਭਾਈ ਤੁਸੀਂ ਆਪਣੇ ਲਈ ਬਣਾ ਕੇ, ਮੇਰੇ ਲਈ ਆਪਣੇ ਲਈ ਬਣਾਇਆ? ਤੂੰ ਕਿਸ ਹਿਸਾਬ ਨਾਲ ਕਹੀ ਜਾਂਦਾ ਇਹ ਹੁਣ 3 ਫੁੱਟ ਜਗ੍ਹਾ ਬਚੇਗੀ? ਟਾ ਸਕਦੇ ਹੋ ਤੁਸੀਂ? ਮੈਂ ਕਾਲ ਜਦੋਂ ਕਰਨੀ ਤਾਂ ਇੱਥੇ ਦੇਖਿਓ, ਕਰੇ ਕਾਲ ਜਿਹਨੂੰ ਮਰਜ਼ੀ ਕਰ ਤੂੰ, ਮਰਜ਼ੀ ਲਾਵਾ ਸਰ। ਲੈ ਠਹਿਰ ਇੱਕ ਮਿੰਟ ਜ਼ਰਾ, ਇਹਨਾਂ ਦਾ ਮੈਂ ਕਰ ਲੈਣਾ, ਕਰ ਲੈਣਾ ਇਲਾਜ, ਆਪਣਾ ਮੋਬਾਈਲ ਨੰਬਰ ਬੋਲਿਓ। ਇੱਥੇ ਕਦੇ ਪਾਣੀ ਨਹੀਂ ਆਇਆ ਟਾਈਮ ਨਾਲ ਤੇ ਪੈਟਰੋਲ ਆ ਗਿਆ, ਨਵੀਂ ਗੱਲ।
ਲੈ 3 ਫੁੱਟ ਤੁਹਾਨੂੰ ਜਗ੍ਹਾ ਦੇ ਦਿੰਦੇ ਬਕਾਇਆ ਜਿਹੜੀ ਆ 3 ਫੁੱਟ ਚ ਤੁਸੀਂ ਰਿਹਾਇਸ਼ ਰੱਖ ਲਓ। ਹੁਣ ਆਪਣਾ ਨੰਬਰ ਅਸੀਂ ਕੁੱਕੜ ਆ ਵੀ ਅਸੀਂ ਕੁੱਕੜ ਆ ਜਾਂ ਅਸੀਂ ਕਬੂਤਰ ਆ ਚੂਹੇ ਆ ਵੀ ਜਿਹੜੇ ਅੰਦਰ ਡੱਕ ਕੇ ਅਸੀਂ 3 ਫੁੱਟ ਚ ਤਾਲਾ ਲਾ ਦੇਣਾ ਤੇ ਇੱਥੇ ਜਦੋਂ ਨਿਸ਼ਾਨ ਲੱਗਿਆ ਸੀ ਤੁਸੀਂ ਨਿਸ਼ਾਨ ਕਾਹਦੇ ਲਗਾ ਤੂੰ ਨਿਸ਼ਾਨ ਮੇਰੇ ਕੋ ਨਾ ਲਵਾ ਲਵੀਂ ਮੈਂ ਤੇਰੇ ਮੂੰਹ ਦੇ ਨਿਸ਼ਾਨ ਬਣਾ ਦੇਣਾ ਤੂੰ ਮੈਨੂੰ ਖਿਜਾਉਣ ਡਿਆ ਮੈਂ 3.25 ਕਰੋੜ ਰੁਪਇਆ ਮਕਾਨ ਤੇ ਲਾਉਣ ਡਿਆ ਤੂੰ ਕਹਿੰਦਾ ਮਕਾਨ ਢਾਉਣਾ ਬਦਤਮੀਜ਼ ਨਾ ਕਰੋ ਸਰਕਾਰੀ ਅਫਸਰ ਨੇ ਤੂੰ ਭਾਈ ਚੁੱਪ ਕਰ ਵੀਰ ਸਰਕਾਰੀ ਅਫਸਰ ਨੂੰ ਮੈਂ ਕਰਾਂ ਮੇਰਾ 3 ਕਰੋੜ ਦਾ ਮਕਾਨ ਉਹ ਰੱਦੀ ਕਰਨ ਡਿਆ ਕੋਈ ਨੀ ਇਹਨਾਂ ਦਾ ਕਰ ਲੈਣੇ ਇਲਾਜ ਇਹ ਨਹੀਂ ਬਚਦਾ ਮੇਰੇ ਤੋਂ ਬੇਫਿਕਰ ਹੋ ਜਾ ਬਚਦੇ ਨਹੀਂ ਇਹ ਆਪਣਾ ਮੋਬਾਈਲ ਨੰਬਰ ਬੋਲੋ ਜ਼ਰਾ ਮੋਬਾਈਲ ਨੰਬਰ 0300 ਹਾਂਜੀ ਬੋਲੋ 0300 26 ਇਹ ਨੰਬਰ ਤੁਸੀਂ ਕਿਤੇ ਬਹੁਤੇ ਲਿਖਾਤੇ ਹੈ ਇਧਰ ਨੂੰ ਸ਼ਾਹਕੋਟ ਨੂੰ ਨਿਕਲ ਗਏ ਨੰਬਰ ਬਹੁਤੇ ਹੋ ਗਏ ਵੀ ਐਨ ਨੂੰ ਨਿਕਲ ਗਏ ਸਫ਼ਰ ਕਰ ਗਏ ਤੇਰੇ ਨੰਬਰ ਸਰ ਆਪਣਾ ਨੰਬਰ ਲਿਖਾਓ ਜਿਹੜਾ ਹੈਗਾ ਤਾਂ 0326 ਹੋਰ ਨੰਬਰ ਤੈਨੂੰ ਨਾ ਲਿਖਾਓ ਨੰਬਰ ਮੈਂ ਆਪ ਹੀ ਲੱਭ ਲਾਂਗਾ ਨੰਬਰ ਲੱਭ ਰਹੀ ਤੂੰ ਜਦੋਂ ਆਈ ਨੇ ਇੱਥੇ ਟੀਮ 400 ਬੰਦਾ ਪਹੁੰਚੇ ਆ ਇੱਥੇ ਮੈਚ ਕਰਾਉਣਾ ਮੈਂ ਟੀਮ ਕਰਾਉਣੀ ਅੱਗੇ ਬੜਾ ਜਿੱਤ ਕੇ ਆਉਂਦੀ ਟੀਮ ਤੁਹਾਡੀ ਗੱਲਾਂ ਕਰਨ ਨੇ ਤੁਸੀਂ ਇਹ ਦੱਸੋ ਕਿ ਤੁਸੀਂ ਇਸ ਮੁਲਕ ਦੇ ਸ਼ਹਿਰੀ ਨਹੀਂ ਤੁਸੀਂ ਇਸ ਮੁਲਕ ਦੇ ਸ਼ਹਿਰੀ ਨਹੀਂ ਭਾਜੀ ਜਾਓ ਤੁਹਾਡੀ ਮਿਹਰਬਾਨੀ ਜਾਓ ਜਾ ਯਾਰ ਉੱਠ ਜਾ ਮੈਂ ਸਿਰਫ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਤੁਸੀਂ ਇਸ ਮੁਲਕ ਦੇ ਸ਼ਹਿਰੀ ਨਹੀਂ ਹੈਗੇ ਫੋਨ ਕਰ ਤੂੰ ਉਹਨਾਂ ਨੂੰ ਕਹਿ ਕਿ ਯਾਰ ਇਹਦਾ ਆਰਡਰ ਲੈ ਜਾਓ ਆਪਣੇ ਨਾਂ ਕਰੂੰਗੇ ਤੇ ਤਾਲਾ ਲਾਈਏ ਜਾਈਏ ਮੈਂ ਫੋਨ ਕਰਾਂ ਉਹਨੂੰ ਬੁਲਾਵਾ ਗੱਡੀਆਂ ਗੱਡੀਆਂ ਹਾਲੇ ਗੱਡੀ ਨੂੰ ਨਾ ਫੋਨ ਕਰੀ ਮੈਂ ਕਿ ਚੁਕਾ ਦਿੰਨੇ ਆ ਨਾਲੇ ਉਹਨੂੰ ਗੱਡੀ ਲੈ ਕੇ ਨਹੀਂ ਆਇਆ ਮੈਂ ਨਿਕਲਣਾ ਸੀ ਉਹ ਵੀਰੇ ਉੱਤੇ ਔਰਤਾਂ ਫਿਰਨ ਨਹੀਂ ਆਇਆ ਤੂੰ ਝਾਤੀ ਮਾਰੀ ਜਾਣ ਡੇ ਆ ਆਉਣ ਮੂੰਹ ਕਰ ਮੈਂ ਕਿਹੜਾ ਕੈਮਰਾ ਕੱਢਿਆ ਵਾ ਔਰਤਾਂ ਕੈਮਰਾ ਕੱਢ ਤੂੰ ਕੈਮਰਾ ਕੱਢ ਕੇ ਵੇਖ ਲਾ ਮੈਂ ਤੈਨੂੰ ਦੱਸਾਂ ਕੈਮਰਾ ਕੱਢ ਦੇ ਭਾਈ ਜਾਨ ਮੈਂ ਆਪਣੀ ਫੈਮਿਲੀ ਤੁਹਾਡੀ ਫੈਮਿਲੀ ਸਾਂਝੀ ਮੈਂ ਕਿਹੜਾ ਕੋਈ ਅੱਲਾ ਮਾਫ ਕਰੇ ਕੋਈ ਐਸੀ ਗੱਲ ਕੀਤੀ ਚਲੋ ਜਾਓ ਉੱਠ ਕੇ ਮੇਰਾ ਵੀਰ ਬਸ ਢਾ ਲਈਏ ਫਿਰ ਚੱਲਦੇ ਆ ਕਿਉਂ ਢਾ ਲਈਏ ਕੀ ਢਾ ਲਈਏ ਨਹੀਂ ਭਾਜੀ ਆ ਜਿਹੜਾ ਟੱਟਣਾ ਹੀ ਆ ਲੈ ਕੇ ਉਹ ਟੱਟਣਾ ਹੈ ਗਲਤ ਬਣਿਆ ਇਹ ਵੀ ਮਕਾਨ ਸਾਡਾ ਕਰਕੇ ਬਣਿਆ ਹੈ ਤੂੰ ਇਸ ਤਰ੍ਹਾਂ ਕਰ ਕਰੇਨ ਵਾਲੇ ਨੂੰ ਫੋਨ ਲੈ ਕਰੇਨ ਵਾਲੇ ਨੂੰ ਕਰ ਜੇ ਤੇਰੇ ਕੀ ਮੈਤਾਂ 5-6 ਆ ਜਾਣ ਤੇ ਫਿਰ 5-6 ਲੱਗ ਜਾਂਦੇ ਆ ਬਲਾਕ ਨੀ ਵੇਚਦੇ ਆਹੋ ਇਹ ਵੀ ਤੇਰੀ ਮੈਤ ਨੂੰ ਬਲਾਕ ਲਾ ਕੇ ਪਿੱਛੇ ਪੱਖਾ ਲਾ ਦੇਣਾ ਤੇ ਫਿਰ 8-9 ਲੱਗ ਜਾਂਦੇ ਆ ਤੇਰੇ ਕੀ ਲਾਸ਼ਾਂ ਹੋਣ ਦਾ ਐਡਰੈਸ ਲਿਖਾਇਓ ਐਡਰੈਸ ਕਿਹੜਾ ਬਲਾਕ ਭਾਜੀ ਛੱਡੋ ਬਲਾਕ ਬਲੂਕ ਨੂੰ ਕੋਈ ਗੱਲ ਕਰਨ ਵਾਲੀ ਕਰੋ ਤੁਸੀਂ ਸਾਨੂੰ ਥੋੜਾ ਦਿਮਾਗ ਖਰਾਬ ਕੀਤਾ ਪਿਆ ਗਲਤ ਗੱਲ ਕਰਨ ਡਏ ਤੂੰ ਕਿ ਵੱਡੀ ਕਰੇਨ ਲੈ ਕੇ ਆਉਣ ਬਲਾਕ ਵੱਡੀ ਕਰੇਨ ਕਿਉਂ ਓਏ ਵੀਰ ਇੱਕ ਮਿੰਟ ਗੱਲ ਸੁਣ ਯਾਰ ਮੁੰਡੇ ਦਾ ਪਤਾ ਮੋਬਾਈਲ ਖਰਾਬ ਆ ਮਿੰਟ ਕੇ ਬਾਅਦ ਕੰਨ ਨੂੰ ਬੁਲਾ ਲੈਂਦਾ ਇਹਨਾਂ ਨੂੰ ਪੈਸੇ ਪੂਸੇ ਲੈਣੇ ਆ ਇਹਨਾਂ ਨੇ ਇਹ ਬਲਾਕ ਕੀ ਹੈ ਜੀ ਆਪਣਾ ਬਲਾਕ ਇਧਰ ਮੁਸ਼ਤਾਕ ਸਾਹਿਬ ਲਿਖਾਇਓ ਬਲਾਕ ਨੂੰ ਛੱਡੋ ਤੁਸੀਂ ਭਾਜੀ ਤੁਹਾਡੀ ਮਿਹਰਬਾਨੀ ਹੈ ਜਾਓ ਪੂਜਾ ਕਰੋ ਇਹਦਾ ਇਹਦਾ ਫਾਇਦਾ ਤੁਹਾਨੂੰ ਜਾਂ ਦਿਲ ਨਾਲ ਛੋਟਾ ਓ ਯਾਰ ਜਾ ਯਾਰ ਉੱਠ ਕੇ ਤੇਰੀ ਮਿਹਰਬਾਨੀ ਜਾ ਓ ਖੁਦਾ ਦੇ ਆ ਬੰਦੇ ਆ ਜਾ ਉੱਠ ਕੇ ਐ ਦੇਖ ਆ ਤੇਰੇ ਘਰੋਂ ਤੇਲ ਨਿਕਲੂ ਤੇਰੀ ਬੱਲੇ ਬੱਲੇ ਹੋ ਜਾਣੀ ਮੇਰੇ ਘਰੋਂ ਤੇਲ ਕਿੱਥੋਂ ਆ ਗਿਆ ਆ ਮੇਰੇ ਘਰੋਂ ਕਿੱਥੋਂ ਆ ਗਿਆ ਮੈਂ ਤਾਂ ਬਾਹਰੋਂ ਪਾਉਣਾ ਮੇਰੇ ਸਰੋਂ ਦਾ ਤੇਲ ਬਾਹਰੋਂ ਲੈ ਕੇ ਆਉਣਾ ਤੁਹਾਨੂੰ ਪਤਾ ਹੀ ਨਹੀਂ ਹੈਗਾ ਇਹ ਅੱਜ ਤੇਲ ਨਿਕਲੇਗਾ ਔਰ ਬਕਾਇਦਾ ਇੱਥੇ ਲਿਖਿਆ ਜਾਏਗਾ ਸਾਰੇ ਡਿਟੇਲ ਕਿ ਹਾਜੀ ਮੁਸ਼ਤਾਕ ਸਾਹਿਬ ਦੇ ਘਰੋਂ ਤੇਲ ਨਿਕਲੇ ਆ ਔਰ ਗਵਰਨਮੈਂਟ ਹਰ ਮਹੀਨੇ ਤੁਹਾਨੂੰ ਮੋਟਰਸਾਈਕਲ ਦੀ ਟੈਂਕੀ ਫੁੱਲ ਕਰਾ ਕੇ ਦੇਗੀ ਹਰ ਮਹੀਨੇ ਲੱਖ ਲਾਨਾ ਦਾ ਵੀ ਜਾਨੇ ਮੈਂ 3 ਕਰੋੜ ਦਾ ਮਕਾਨ ਮੈਂ ਢਾ ਦਵਾਂ ਤੇ ਮੈਨੂੰ ਹਰ ਮਹੀਨੇ ਇੱਕ ਟੈਂਕੀ ਮੋਟਰਸਾਈਕਲ ਦੀ
ਬੜਾ ਪੈਕੇਜ ਦਿੰਦਾ, ਜਾ ਉੱਠ ਕੇ ਨਿਕਲੋ। ਨਹੀਂ ਯਾਰ ਤੁਸੀਂ ਸਾਡੇ ਨਾਲ ਤਾਵਨ ਕਰੋ, ਤਾਵਨ ਕਰੋ, ਤੇਰੀ ਬਾਹ ਲੈ ਗਈ ਆ ਤੇ ਤੈਨੂੰ ਨਵੀਂ ਪਵਾ ਦਿੰਨੇ ਆ, ਲੱਤ ਤੇਰੀ ਕੰਮ ਨਹੀਂ ਕਰਦੀ, ਤੇਰਾ ਇਲਾਜ ਕਰਵਾ ਦਿੰਨੇ ਆ, ਹੈ ਮਜ਼ਦੂਰ ਵੀ ਬੁਲਾਉਣੇ, 15 ਮਜ਼ਦੂਰ, ਉਹ ਵੱਡੇ ਤੇਰੇ ਮਲਬੇ ਥੱਲੇ ਆ ਗਏ ਤੇ ਤੇਰਾ ਰਾਸ਼ਨ ਪਵਾ ਦਿੰਨੇ ਆ, ਅਸੀਂ ਇਹੀ ਕਰ ਸਕਦੇ ਆ, ਹੋਰ ਅਸੀਂ ਕੀ ਕਰ ਲਈਏ, ਤਾਵਨ ਤੇ ਨਾ ਕੀ ਕੀ ਕਰੀਏ ਦੱਸ ਮੈਨੂੰ। ਅੱਛਾ ਮੈਂ ਤੁਹਾਡੇ ਨਾਲ ਤਾਂ ਮੇਰੀ ਗੱਲ ਸਮਝੋ, ਕਾਰ ਹੈ ਆਪਣੇ ਕੋਲ ਕਿ ਨਹੀਂ? ਪਰੇ ਹੋ ਮੁੰਡੇ ਆ ਜਾਣਗੇ ਤੈਨੂੰ ਫੜ ਕੇ ਕੁੱਟਣਗੇ, ਜਾ ਮੈਨੂੰ ਆਹੋ, ਤੁਸੀਂ ਮੇਰਾ ਕਾਰਡ ਦੇਖਿਆ ਅੱਗੇ ਤੇ ਭਾਜੀ ਤਾਂ ਨਹੀਂ ਕਹਿੰਦੇ, ਜਾਓ ਤੁਹਾਡੀ ਮਿਹਰਬਾਨੀ, ਕਿਸੇ ਦੀ ਜ਼ਰੂਰਤ ਹੈ ਕੀ ਨਾ ਇਹਦਾ, ਇਹਨੂੰ ਚੁੱਪ ਕਰਾ ਲਾ, ਇਹ ਮੇਰਾ ਭਰਾ ਹੈ, ਤੋਤੀ ਇਹਦਾ ਨਾਂ ਹੈ, ਸ਼ਰਟ ਵੀ ਤੋਤੀ ਟਾਈਪ ਹੀ ਹੈ। ਅੱਛਾ ਇੱਕ ਗੱਲ ਹੋਰ, ਤੁਹਾਨੂੰ ਪੈਟਰੋਲ ਦੇ ਫਾਇਦੇ ਬਹੁਤ ਆ, ਕਿਉਂਕਿ ਤੁਹਾਡਾ ਐਗਰੀਮੈਂਟ 'ਚ ਲਿਖਿਆ ਜਾਣਾ ਕਿ ਹਾਈ ਸਾਹਿਬ ਦੇ ਘਰੋਂ ਨਿਕਲੇ ਪੈਟਰੋਲ, ਕੱਲ੍ਹ ਨੂੰ ਤੁਹਾਡਾ ਦਿਲ ਕਰੇ ਮਹਿੰਗਾਈ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਨੂੰ, ਲੀਟਰ ਪੈਟਰੋਲ ਤੁਹਾਨੂੰ ਦਿਆਂਗੇ ਸਿਰ 'ਚ ਪਾ ਕੇ ਅੱਗ ਲਾ ਕੇ ਇਹਨੂੰ ਦੌੜ ਜਿਓ। ਖੁਦਕੁਸ਼ੀ ਕਰ, ਖੁਦਕੁਸ਼ੀ ਤੇਰੇ ਸਿਆਣੇ ਕਰਨ ਜਿਹਨਾਂ ਨੇ ਇੱਦਾਂ ਦੀ ਗੰਦੀ ਔਲਾਦ ਜੰਮੀ ਹੈ, ਮੈਂ ਖੁਦਕੁਸ਼ੀ ਕਰਾਂ? ਰਸ਼ੀਦ ਦਾ ਫੋਨ ਆ ਰਿਹਾ ਵਾ, ਦੱਸੋ। ਇੱਕ ਮਿੰਟ, ਦਫ਼ਤਰ ਫੋਨ ਆ ਰਿਹਾ, ਕੀ ਕਰ ਰਿਹਾ? ਰਸ਼ੀਦ ਦਾ ਫੋਨ ਆ ਰਿਹਾ। ਓ ਯਾਰ ਗੱਲ ਸੁਣ ਵੀਰੇ, ਗੱਲ ਸੁਣ ਲਿਆ ਕਰੋ, ਇੱਕ ਮਿੰਟ ਗੱਲ ਸੁਣੋ, ਯਾਰ ਇੱਕ ਮਿੰਟ ਗੱਲ ਵੀ ਭਰਾਵਾ ਸੁਣ ਲਿਆ ਕਰੋ, ਕਿਸੇ ਦੀ ਗੱਲ ਸੁਣ ਤੇ ਬੰਦ ਕਰੋ ਤੇ ਤੁਹਾਨੂੰ ਗੱਲ ਕਰ। ਸਰ ਇੱਕ ਮਿੰਟ ਵੇਟ ਕਰੋ, ਆਹੋ ਇੱਕ ਮਿੰਟ ਸਰ, ਮੈਨੂੰ ਤੁਸੀਂ ਇਹ ਦੱਸੋ, ਭਾਜੀ ਤੁਹਾਡੀ ਮਿਹਰਬਾਨੀ ਹੈ, ਮੇਰਾ ਘਰ ਆ ਇਹ, ਠੀਕ ਹੈ ਕਿ ਨਹੀਂ? ਜਿਹੜਾ ਕੋਈ ਇਹਨਾਂ ਨੂੰ ਖਰਚਾ ਖੁਰਚਾ ਲਾਓ, ਇਹਨਾਂ ਨੇ ਉੱਦਾਂ ਨਹੀਂ ਜਾਣਾ। ਪਤਾ ਕੀ ਗੱਲ ਆ, ਤੁਸੀਂ ਅਫਸਰ ਲੋਕ ਹੋ, ਤੁਹਾਡੀ ਓਨਰ ਰਿਸਪੈਕਟ ਕਰਦੇ ਆ, ਮੈਂ ਨਹੀਂ ਕਰਨੀ ਆ, ਅੱਲਾ ਮਾਫੀ ਦੇਵੇ, ਤੁਸੀਂ ਕਿਹੜੇ ਕੋਈ ਗੈਰ ਭਰਾਓ ਸਾਡੇ, ਐਸੀ ਕੋਈ ਗੱਲ ਨਹੀਂ, ਉਹ ਵੀ ਸਾਡਾ ਭਾਈ ਆ, ਹੋ ਰਿਹਾ ਆ, ਫੜੋ ਇਹ ਕੀ ਦੇ ਰਹੇ, ਫੜੋ ਤੂੰ ਸਹੀ ਯਾਰ, ਕੋਈ ਤੈਨੂੰ ਸ਼ਰਮ ਆਉਣੀ ਚਾਹੀਦੀ, ਤੂੰ ਨਾ ਦੇ ਨਾਲ ਹਾਜੀ ਮੁਸ਼ਤਾਕ ਲਾ ਤੇ ਮੈਨੂੰ ਤੁਸੀਂ ਰਿਸ਼ਵਤ ਦੇਣ ਡਿਆ, ਕੋ ਅਕਲ ਕਰ ਯਾਰ, ਮੁਹੱਬਤ ਹੈਗੀ ਆ, ਕੋਈ ਨਹੀਂ ਮੁਹੱਬਤ ਤੁਸੀਂ ਆਪਸ ਵਿੱਚ ਦੋਨੇ ਕਰ ਲਓ, ਤੁਹਾਡੀ ਮੁਹੱਬਤ ਹੈ ਨਹੀਂ, ਤਲਵਾਰਾਂ ਚੱਲ ਗਈਆਂ ਤੁਹਾਡੀਆਂ। ਸਰ ਤੁਹਾਨੂੰ ਵੈਸੇ ਰਿਸ਼ਵਤ ਨਹੀਂ ਹੈਗੀ, ਭਰਾ ਬੰਦੀ ਹੈ, ਫੜੋ ਭਰਾ ਬੰਦੀ, ਉਹਦੀ ਸਿਹਤ ਬੰਦੀ ਹੈ, ਉਹਨੂੰ ਵੀ ਕੁਛ ਖਿਲਾ ਪਿਲਾ, ਉਹਨੂੰ ਕੁਛ ਲਾ ਦੇ, ਟੀਕਾ ਲਵਾ ਦੇ 1000 ਰੁਪਏ ਦਾ ਉਹਨੂੰ, ਆ ਫੜ 200 ਪਾ ਕੇ 1200 ਦਾ ਜ਼ਹਿਰ ਦਾ ਹੁੰਦਾ, ਉਹ ਹੀ ਲਵਾ ਦੇ ਉਹਨੂੰ ਭਾਵੇਂ, ਤੁਹਾਨੂੰ ਸ਼ਰਮ ਚਾਹੀਦੀ? ਉਹਨੂੰ ਤੁਹਾਨੂੰ ਕਿਹਾ ਕੀ ਹੈ? ਕਰ ਫੋਨ ਯਾਰ ਦਫ਼ਤਰ, ਉਹ ਕਰੇਨਾ ਭੇਜੋ। ਓਏ ਯਾਰ ਗੱਲ ਸੁਣੋ ਵੀਰੇ, ਓ ਵੀਰੇ ਉਹ ਤੇ ਕਿਹੜਾ ਤੇਜ਼ ਉਥਰਾ ਹੋਇਆ ਭਾਈ, ਖਲੋ ਤਾਂ ਸਹੀ, ਆ ਫੜ ਯਾਰ ਇੱਕ ਮਿੰਟ ਠਹਿਰ ਜਾ, ਇੱਕ ਮਿੰਟ 2 ਮਿੰਟ ਤੱਕ ਸਪੀਕ ਨੂੰ ਕਹ ਕਰਦੇ, ਸਪੀਕ ਨੂੰ ਸਬਰ ਕਰ ਇੱਕ ਮਿੰਟ, ਤੇਰਾ ਫਾਇਦਾ ਸੋਚਣ ਦਾ, ਇਹ ਸਾਨੂੰ ਧਿਆਨ ਹੀ ਨਹੀਂ ਕਰਦਾ, ਫਾਇਦਾ ਸੋਚਣ ਦਾ ਕੀ ਫਾਇਦਾ ਸੋਚਣ ਦਾ ਤੂੰ ਮੇਰਾ, ਭਲਿਆ ਤੇਰਾ ਫਾਇਦਾ ਹੀ ਆ, ਫਾਇਦਾ ਕੀ ਆ? ਇੱਥੇ ਮੈਂ ਤੇਰਾ ਜਦੋਂ ਲਿਖ ਦੇਣਾ ਕਿ ਚੋਰੀ ਮੁਸ਼ਤਾਕ ਦੇ ਘਰੋਂ ਤੇਲ ਨਿਕਲੇ ਆ, ਤੇ ਮੈਂ ਜੇ ਡੇਲੀ ਦਾ ਰਹਿੰਦਾ ਤੈਨੂੰ 100 ਲੀਟਰ ਮਿਲੇ ਤੇ ਉਹ ਵੀ ਗਵਰਨਮੈਂਟ ਨੇ ਦੇਣਾ, ਕਿਉਂ? ਮੈਂ ਐਗਰੀਮੈਂਟ 'ਚ ਲਿਖ ਦੇਣਾ, ਉਹਦੇ ਵਿੱਚ ਮੇਰਾ 3.25 ਕਰੋੜ ਦਾ ਘਰ ਆ, ਤੈਨੂੰ ਇਹ ਨਹੀਂ ਪਤਾ ਲੱਗਣ ਡਿਆ, ਤੂੰ ਮੈਨੂੰ ਤੇਲ ਦਾ ਕਹੀ ਜਾਣਾ, 3.25 ਕਰੋੜ ਦਾ ਮੇਰਾ ਘਰ ਆ, ਤੈਨੂੰ ਫਾਇਦਾ ਹੀ ਆ, ਫਾਇਦਾ ਕਰ ਰਿਹਾ ਕੈਸਾ ਗੱਲਾਂ ਕਰ, ਮੈਂ ਕੱਪੜੇ ਧੋਣੇ ਤੇਲ ਦੇ ਨਾਲ, ਵੀ ਮੈਂ ਉੱਤੇ ਥੱਲੇ ਤੇਲ ਮੈਂ ਪਾਉਣਾ ਮਕਾਨ ਦੇ, ਤੇਰੀ ਮੈਂ ਲਾਸ਼ ਲੂਣੀ ਹੈ ਤੇਲ ਦਾ, ਖੁਦਾ ਦੇ ਆ ਬੰਦੇ, ਚੱਲ ਕੰਮ ਕਰ ਜਾ ਕੇ, ਕਰ ਫੋਨ, ਲੈ ਕਰ ਫੋਨ ਯਾਰਾ, ਇਹਨੂੰ ਇਹਨੂੰ ਫੜ ਜ਼ਰਾ, ਇਹਨੂੰ ਇੱਕ ਮਿੰਟ ਠਹਿਰੀ ਨਾ, ਇੱਕ ਮਿੰਟ ਬੰਦ ਕਰ ਇਹਨੂੰ, ਇੱਕ ਮਿੰਟ ਭਾਈ, ਬਦਤਮੀਜ਼ੀ ਨਾ ਕਰਾਮੀ, ਤੂੰ ਕਰ ਸਰਕਾਰ 'ਚ ਮਦਾਖਲਤ ਕਰ ਰਿਹਾ, ਕੰਮ ਨਾ ਕਰ, ਸਰ ਤੁਹਾਨੂੰ ਫਿਰ ਅਸੀਂ ਕਹਿਣ ਡਏ ਆ, ਫੜੋ ਆਪਣੋ ਰਿਹਾ, ਤੂੰ ਹੁਣ ਪੈਸੇ ਪਰੇ ਕਰ ਲਾ, ਤੂੰ ਹੁਣ ਅਗਲੇ ਗੱਲ ਕੀਤੀ ਤੇ ਮੈਂ ਕੋਈ ਕੰਮ ਹੋਰ ਕਰ ਦੇਣਾ।
ਇਹ ਜ਼ਿਹਨ ਚ ਰੱਖੀ, ਸਾਨੂੰ ਆਪਣਾ ਕੰਮ ਕਰਨ ਦੇ। ਉੱਠ ਉੱਠ, ਕਿੱਥੇ ਉੱਠ, ਆ ਗੱਲ ਸੁਣ। ਓਏ ਕੀ ਗੱਲ? ਇੱਥੇ ਆ ਭਾਜੀ, ਗੱਲ ਸੁਣੋ, ਇੱਜ਼ਤ ਕਰਾਓ, ਤੁਹਾਡੀ ਇਹਦੇ ਵਿੱਚ ਤੁਹਾਡੀ ਬਿਹਤਰੀ ਆ, ਇੱਜ਼ਤ ਕਰਾਓ ਭਾਈ, ਜੋ ਮਰਜ਼ੀ ਕਰ ਲਾ, ਇਹ ਮਕਾਨ ਢੱਠਣਾ ਹੀ ਢੱਠਣਾ। ਕਿਉਂ ਢੱਠਣਾ, ਕਿਉਂ ਮਕਾਨ? ਸਰ ਮੈਂ ਤੇਰੀ ਇੱਕ ਫੇਵਰ ਕਰ ਸਕਦਾ। ਕੀ? ਇੱਥੇ ਤੂੰ ਚੌਂਕ 'ਚ ਹਮਾਮ ਪਾਲਾ ਭਾਵਾਂ, ਤੈਨੂੰ ਉੱਥੇ ਵੀ ਪੈਟਰੋਲ ਦੀ ਸਪਲਾਈ ਜਾਏਗੀ, ਲੋਕਾਂ ਨੂੰ ਭਾਵਾਂ ਪੈਟਰੋਲ ਨਾ ਨਵਾ। ਭਾਜੀ ਮਕਾਨ ਇਹ ਢੱਠਣਾ ਢੱਠਣਾ ਤੇ ਜਾਓ, ਤੁਹਾਡੀ ਮਿਹਰਬਾਨੀ। ਸਰ ਇੱਦਾਂ ਕਰਾਂਗੇ ਨਾ ਆਪਾਂ, 12 ਫੁੱਟ ਅੰਦਰ ਨੂੰ ਚੱਲਾਂਗੇ। ਹੋਰ ਇੱਦਾਂ ਕਰ ਲੈਂਦੇ ਹਾਂ, ਤੂੰ ਇੱਕ ਫੁੱਟ ਵੀ ਲੰਘ ਕੇ ਦਿਖਾ, ਜੇ ਮੈਂ ਤੈਨੂੰ ਉੱਥੇ ਕੁੱਤੇ ਦਾ ਨਾ ਮੰਨਿਆ ਤਾਂ ਫਿਰ ਗੱਲ ਕਰੀ। ਬਹੁਤ ਬੋਲਦਾ। ਕਿਉਂ, ਲੇਡੀਜ਼ ਘਰ ਆ, ਤੂੰ ਮਾਮਾ ਲੱਗਦਾ ਅੰਦਰ ਬੰਨਦਾ। ਲੇਡੀਜ਼ ਘਰ ਆ? ਹਾਂ, ਸਾਡੀਆਂ ਔਰਤਾਂ ਅੰਦਰ ਆ। ਤੇ ਬੁਲਾ ਲਓ ਫਿਰ। ਕਿਉਂ, ਉਹਨਾਂ ਨੂੰ ਕਿਉਂ ਬੁਲਾਈਏ? ਬਾਜੀ ਹੁਣਾਂ ਨੂੰ ਬੁਲਾ ਲਓ, ਮੈਂ ਗੱਲ ਕਰਦਾ ਵੀ ਬਾਜੀ ਤੁਸੀਂ ਜਰਾ ਸਾਈਡ ਤੇ ਹੋ ਜਾਓ, ਅਸੀਂ ਜਰਾ ਕੰਮ ਸ਼ੁਰੂ ਕਰ ਲਈਏ। ਕੰਮ ਸ਼ੁਰੂ ਤੂੰ ਬੜਾ ਇੱਥੇ ਸਾਨੂੰ। ਸਪੀਕ ਦਾ ਕਾਲ ਆਈ ਜੋ ਕਹਿੰਦਾ ਮੈਂ ਕਾਲ ਆ ਰਹੀ, ਇੱਕ ਸੈਕਿੰਡ ਹੈ, ਆ ਸਪੀਕ ਦੀ ਕਾਲ ਸੁਣ ਲਾਂਗਾ। ਬਾਅਦ ਸੁਣ ਲਈਓ, ਤੁਹਾਡੀ ਮਿਹਰਬਾਨੀ ਹੈ, ਜਾਓ। ਮੈਂ ਦੱਸ ਕੇ ਆਇਆ ਵੀ ਮੈਂ ਚੱਲਾਂ ਕੰਮ ਤੇ। ਬਾਜੀ ਤੁਹਾਡੀ ਮਿਹਰਬਾਨੀ, ਖਪਾਓ ਨਾ। ਇੱਕ ਮਿੰਟ, ਤੁਹਾਡੀ ਮਿਹਰਬਾਨੀ ਜੀ। ਸਰ ਹਾਂਜੀ ਸਰ, ਮੈਂ ਪਹੁੰਚ ਗਿਆ ਮੌਕੇ ਤੇ। ਨਹੀਂ ਸਰ, ਐਡਾ ਕੰਮ ਨਹੀਂ ਹੈਗਾ, ਬਸ ਬਸ ਕਰੇਨ ਨੇ 2 ਕੁ ਘੰਟੇ ਹੀ ਲਾਉਣੇ ਆ, ਉਹਦੇ ਨਾਲ ਹੋ ਜਾਣਾ ਸਾਰੇ ਨੇ ਮਲਿਆ ਮੇਟ। 2000 ਰੁਪਏ ਦੇ ਕੇ ਦੇਖੋ। ਹਾਂਜੀ ਹਾਂਜੀ, ਕਰੇਨ ਭੇਜ ਦਿਓ, ਨਾਲ 15 ਮੁਲਾਜ਼ਮ ਭੇਜ ਦਿਓ। ਲਾਇਆ ਤੇ ਕਰੇਨ ਮਕਾਨ ਨੇ। ਨਹੀਂ ਨਹੀਂ, ਐਡਾ ਪੱਕਾ ਲੈਂਡਰ ਨਹੀਂ ਹੈਗਾ। ਹਾਂ, ਕਰੇਨ ਅੱਗੇ ਕੱਖ ਨਹੀਂ ਹੈਗਾ, ਉਹਨੇ ਲਾਹ ਮਾਰਦਾ। ਇੱਕ ਮਿੰਟ ਮੈਂ ਹੋਲਡ ਕਰਾਂ, ਮੈਂ ਕਰਦਾ ਗੱਲ ਤੁਹਾਨੂੰ। ਬੰਦ ਕਰ, ਵੇਟ ਕਰੋ ਸਰ, ਬੰਦ ਕਰ। ਬਸ ਹੁਣ ਨਾ ਗੱਲ ਕਰਨਾ, ਹੁਣ ਕੋਈ ਗੱਲ ਨਹੀਂ ਕਰਨੀ। 400 ਰੁਪਇਆ ਹੋਰ ਲਾਤਾ ਹੈ, ਮੰਨ ਲਈਦਾ ਹੁੰਦਾ ਯਾਰ। ਤੁਸੀਂ ਤੂੰ ਸਾਨੂੰ ਤੁਸੀਂ ਪਾਗਲ ਸਮਝਣ ਡਿਆ? ਪਾਗਲ ਤੂੰ ਸਾਨੂੰ ਸਮਝਣ ਡਿਆ ਯਾਰ? ਮਕਾਨ ਮੇਰਾ ਤੂੰ ਕੋਲ ਹੁੰਦਾ, ਮੈਂ ਢਾਉਣ ਵਾਲਾ। ਆਇਸਤਾ ਤੂੰ ਕੋਲ ਹੁੰਦਾ? ਆਇਸਤਾ ਆਇਸਤਾ ਕੀ ਦਿਲ ਵਾਲੀ ਵਾਰ ਚ ਦਾਖਲਾ ਤੂੰ? ਆਇਸਤਾ ਤੇਰਾ 2% ਦਿਲ ਕੰਮ ਕਰਦਾ ਹੈ? ਮੇਰਾ ਕਾਰਡ ਦੇਖਿਆ? ਕਾਰਡ ਦੇਖਿਆ ਤੇਰਾ ਕਾਰਡ ਵੇਖਿਆ ਮੈਂ। ਕੋਈ ਇੱਥੇ ਮਕਾਨ ਢਾ ਸਕਦਾ? ਨਹੀਂ, ਸਵਾ 3 ਕਰੋੜ ਦਾ ਮੇਰਾ ਘਰ ਆ, ਤੂੰ ਪੈਟਰੋਲ ਦੀ ਖਾਤਰ ਆ ਕੇ ਇੱਥੇ 6 ਫੁੱਟ ਲਾ ਲਿਆ, ਉੱਥੇ 3 ਫੁੱਟ ਲਾ ਲਾ, ਤੂੰ ਹੱਥ ਲਾ ਕੇ ਦਿਖਾ, ਵੱਧ ਕੇ ਦਿਖਾ ਮਕਾਨ ਲਾ। ਅੱਛਾ ਜੀ, ਮੈਂ ਤੈਨੂੰ ਦੱਸਾਂ, ਤੈਨੂੰ ਮੈਂ ਸਮਝਾਈ ਜਾਣਾ। ਜਾਣ ਦੇ ਸਰ, ਜਾਣ ਦੇ, ਤੇਰੇ ਆਏ ਦੀ ਇੱਜ਼ਤ ਕਰਨ ਡੇ। ਆਇਸਤਾ ਆਇਸਤਾ, ਮੇਰਾ ਕਾਰਡ ਦੇਖਿਆ ਤੂੰ? ਕਾਰਡ ਬੜਾ, ਤੂੰ ਸ਼ਾਦੀ ਕਾਰਡ ਦੇ ਕੇ ਚੱਲਾ ਆ, ਵੱਡੇ ਮੁੰਡੇ ਦੀ ਸ਼ਾਦੀ ਆ, ਪੌੜੀ ਪਹੁੰਚ ਜਾਈ ਆ, ਗੱਲਾਂ ਕਰਨ ਡੇ ਆ। ਲਿਖ ਇੱਥੇ, ਲਿਖ ਜੋ ਲਿਖਣਾ ਹੈ। ਸਰਕਾਰੀ ਮੁਲਾਜ਼ਮ ਦੇ ਹੱਥ ਚੱਕਣ ਨੇ? ਉਹ ਤੂੰ ਬਹਿ ਜਾ, ਉਹਨੂੰ ਮੂੰਹ ਕਰਕੇ ਕਹਿਦਾ, ਠੰਡੇ ਜੇ ਨੈਣ ਨਕਸ਼ਾ ਤੇਰੇ ਬਹੁਤੇ ਤੇਜ਼ ਉਥਰਾ ਹੋਇਆ। ਇਹਦਾ ਨਾਮ, ਇਹਦਾ ਨਾਮ ਕੀ ਹੈ? ਕਤੂਰੀ? ਕੀ ਨਾਮ ਤੇਰਾ? ਰਾਣਾ ਤੋਤੀ ਭਾਜੀ। ਰਾਣਾ ਕਤੂਰੀ, ਉਹ ਰਾਣਾ ਤੋਤੀ ਆ ਭਾਈ, ਕਤੂਰੀ ਤੋਤੀ, ਮਾਜਰਤ ਨਾ ਕਰ, ਰਾਣਾ ਤੋਤੀ ਤੁਹਾਡਾ ਭਰਾ ਵਾ, ਸਕਾ ਭਰਾ ਵਾ? ਹਾਂਜੀ ਭਾਜੀ, ਹਾਂਜੀ। ਚਲੋ ਇਹ ਤੁਹਾਡਾ ਫਾਇਦਾ ਹੋਰ ਹੋ ਗਿਆ, ਤੁਸੀਂ ਜੇਲ੍ਹ 'ਚ ਦੋਨੇ ਗੱਲਾਂ ਕਰਾਈ ਹੋ ਭਾਈ। ਸਰਕਾਰ ਦੀ ਟੀਮ, ਬੜਾ ਕੈਂਪ ਲਾ ਕੇ ਅੱਖਾਂ ਬਣਾਉਣੀਆਂ ਤੁਸੀਂ ਲੋਕਾਂ ਨੇ। ਖੁਦਾਈ ਕਰਨੀ ਹੈ, ਖੁਦਾਈ ਕਰਨੀ ਹੈ, ਖੁਦਾਈ ਤੇਰੀ ਕਰਨ, ਤੇਰੀ ਖੁਦਾਈ ਕਰਕੇ ਤੇਰੀ ਲਾਸ਼ ਪਾਉਣ ਕਿਸੇ ਪਾਸੇ। ਭਾਜੀ ਕੋਈ ਪਾਣੀ ਪੂਣੀ ਪੀਣਾ ਲਿਆਈਏ? ਨਹੀਂ, ਅਸੀਂ ਪਾਣੀ ਪੂਣੀ ਨਹੀਂ ਪੀਣਾ, ਸਾਨੂੰ ਲਾਲਚ ਨਾ ਦਿਓ, ਆਈ ਸਮਝ ਤੇ ਕਰੋ, ਸਾਰਾ ਆਪਣਾ ਪੇਟੀਆਂ ਬਿਸਤਰੇ ਬਾਹਰ ਕੱਢੋ। ਪੇਟੀ ਕਾਹਦੇ ਕੱਢ ਲਈਏ? ਗਾਉਣ ਵਾਲੇ ਅਸੀਂ, ਫਜੂਕਵਾਲ ਆ ਅਸੀਂ, ਵੀ ਪੇਟੀਆਂ ਤਬਲੇ ਸਾਡੇ ਅੰਦਰ ਪਏ ਆ, ਸਾਡੇ ਬੈੱਡ ਸ਼ੈੱਡ ਆ, VIP ਸਮਾਨ ਲੱਗਾ ਆ, ਬਸ ਠੀਕ ਆ। ਅਸੀਂ ਕੰਮ, ਇੱਕ ਕਮਰੇ 'ਚ ਘੱਟ ਤੋਂ ਘੱਟ 50 ਲੱਖ ਰੁਪਏ ਦਾ ਸਾਡਾ ਸਮਾਨ ਲੱਗਾ ਹੈ। ਮੈਂ ਤੁਹਾਨੂੰ 2 ਡਰੰਮ ਤੇਲ ਦੇ ਬਹੁਤੇ ਦੇ ਦੇਣੇ। ਉਹ 2 ਡਰੰਮ ਤੇਰਾ ਖਾਨਦਾਨ ਲੂਣਾ ਆ, ਮੈਂ
ਮੈਂ ਦੱਸ ਦੇ ਤੇਰਾ ਖਾਨਦਾਨ ਲੂਣਾ ਆ, ਕਾਰ ਅੱਲਾ ਨੇ ਦਿੱਤੀ ਹੈ ਤੈਨੂੰ, ਕਾਰ ਅੱਲਾ ਨੇ ਦਿੱਤੀ ਹੈ, ਦਿੱਤੀ ਨੀ ਕਾਰ, ਜੇ ਲੰਮਾ ਪਿਆ ਤੇਰੇ ਮੂੰਹ ਤੇ ਚੜਾਵਾਂ ਕਾਰ ਤੈਨੂੰ ਪਤਾ ਲੱਗੇ ਮੇਰੇ ਮੂੰਹ ਤੇ ਚੜਾਉਣੀ, ਉਹ ਜੇ ਤੇਲ ਪਾ ਕੇ ਮਰੀ ਲੈ ਜਾ ਬੱਚਿਆਂ ਨੂੰ, ਮਰੀ ਲੈ ਜਾ, ਉੱਥੇ ਬਰਫਬਾਰੀ ਹੋਣ ਡਈ, ਜਾ ਮੇਰਾ ਵੀਰ ਕੰਮ ਕਰ ਜਾ ਕੇ, ਤੈਨੂੰ 2000 ਰੁਪਈਆ ਦੇਣ ਦੇ ਵੀ ਆ ਰਿਸ਼ਵਤ ਰੱਖੋ ਜਾ ਖਾ ਲਓ, ਤੈਨੂੰ ਸ਼ਰਮ ਨਹੀਂ ਆਉਂਦੀ ਰਿਸ਼ਵਤ ਦਾ ਨਾਂ ਲੈ, 12 ਤੂੰ 500 ਲੈ ਲੈਣਾ ਆ, ਏਡੇ ਤੁਸੀਂ ਤੁਹਾਡੇ ਨੂਰ ਬਸਣ ਬਰਸਣ ਡਏ ਆ, ਦਰਮਿਆਨ ਵਾਲਾ ਕਮਰਾ ਨਾ ਉਹਨੂੰ ਉਹਦੇ ਵਿੱਚੋਂ ਗੈਸ ਨਿਕਲਿਆ ਪੈਟਰੋਲ, ਪੈਟਰੋਲ ਨਿਕਲਿਆ ਤੇਰੇ ਮੈਂ ਮੂੰਹ ਤੇ ਪਾਉਣਾ ਆਜਰਾ ਪੈਟਰੋਲ ਤੇਰੇ ਮੈਂ ਉੱਤੇ ਪਾ ਕੇ ਆ ਗੱਲ ਹੁੰਦਾ, ਸਰਕਾਰ ਨੂੰ ਹੱਥ ਚ ਲੈ ਰਿਹਾ, ਉੱਥੋਂ ਪਤਾ ਨਹੀਂ ਪੈਟਰੋਲ ਨਿਕਲਣਾ ਕਿ ਨਹੀਂ ਨਿਕਲਣਾ, ਸਾਡੀ ਗੱਡੀਆਂ ਚੋਂ ਨਿਕਲ ਆਉਣਾ ਤੇ ਮੈਂ ਮੂੰਹ ਤੇ ਤੁਹਾਡੇ ਛਿੜਕੇ ਨੇ ਅੱਗ ਲਾ ਦੇਣੀ ਹੈ। ਅੱਛਾ ਤੁਸੀਂ ਰਿਸ਼ਵਤ ਨਹੀਂ ਲੈਣੀ ਹੁਣ? ਨਹੀਂ ਓਏ ਅਕਲ ਕਰ ਜਾ, ਸਾਰਾ ਮਕਾਨ ਤੈਨੂੰ ਦੇ ਰਹੀਏ, 3 ਫੁੱਟ ਦਾ ਅਸੀਂ ਆਪ ਰੱਖ ਲਈਏ ਵੀ ਅਸੀਂ ਅਸੀਂ ਕਤੂਰੇ ਰੱਖੇ ਆ, ਕੁੱਤੀ ਸੂਈ ਆ ਵੀ ਜਿਹੜੀ ਖੁੱਡੇ ਚ ਵਾੜ ਦੇਣੀ ਅਸੀਂ, ਤੇ ਤੁਹਾਨੂੰ ਬਣਾਉਣ ਲੱਗਿਆ ਨਹੀਂ ਸੀ ਪਤਾ, ਤੁਹਾਨੂੰ ਕਿਸੇ ਨੇ ਨਹੀਂ ਦੱਸਿਆ ਵੀ ਅਸੀਂ ਜੋ ਅਸੀਂ ਪੈਸੇ ਲਾਏ ਆ, ਅਸੀਂ ਅੱਲਾ ਵਾਸਤੇ ਜਗ੍ਹਾ ਲਈ ਆ, ਇਹ ਰਜਿਸਟਰੀ ਹੋਈ ਆ ਜਗ੍ਹਾ ਦੀ, ਅੱਜ ਨਹੀਂ ਹੁੰਦੀ ਰਜਿਸਟਰੀ, ਅੱਗ ਕਿਉਂ ਨਹੀਂ ਹੁੰਦੀ ਹੈਗੀ, ਇੱਧਰ ਮੈਂ ਕਹਿੰਦਾ ਵਾਪਸ ਆ ਜਾ, ਇੱਥੇ ਬਿਹਤਰੀ ਹੈ ਤੇਰੀ, ਇੱਥੇ ਆ ਜਾ, ਉੱਥੇ ਆ ਜਾ, ਉੱਥੇ ਆ ਮਕਸੂਦ ਭਾਈ ਦਾ ਫੋਨ ਆ, ਮਕਸੂਦ ਕਿਹੜਾ ਆ ਗਿਆ, ਮੈਂ ਚੁੱਕ ਕੇ ਮਾਰਨਾ ਤੇਰਾ ਮੋਬਾਈਲ, ਮਕਸੂਦ ਆ ਗਿਆ, ਇੱਥੇ ਬੈਠ, ਤੁਹਾਨੂੰ ਕਹਿਣ ਦੇ ਪਾਣੀ ਪੀਣਾ ਭਾਜੀ, ਕੋ ਖਾਣਾ ਪੀਣਾ ਦੱਸੋ, ਪਿਲਾਓ ਪਾਣੀ, ਤੁਹਾਡੀ ਖਿਦਮਤ ਕਰੀਏ, ਉਹਦੀ ਪਾਣੀ ਲਿਆ ਕੇ ਪਿਲਾ ਯਾਰ, ਪਾਣੀ ਪੀਓ, ਤੁਸੀਂ ਸਾਡੇ ਅਫਸਰ ਹੋ, ਤੁਹਾਡੇ ਨਾਲ ਬਹਿ ਕੇ ਗੱਲ ਕਰਨ ਡਏ ਆ, ਇਹ ਤਾਂ ਨਹੀਂ ਸਾਰਾ ਕੋਈ ਤਰੀਕਾਕਾਰ ਹੈਗਾ, ਮੈਂ ਇੰਨੇ ਮਕਾਨ ਤੇ ਪੈਸੇ ਲਾਏ ਆ ਤੇ ਮੈਂ 3 ਫੁੱਟ ਜਗ੍ਹਾ ਲਵਾਂ, ਜਾਓ ਤੁਹਾਡੀ ਮਿਹਰਬਾਨੀ ਕਿਸੇ ਹੋਰ ਪਾਸੇ ਚਲੇ ਜਾਓ, ਆ ਪਾਣੀ ਪੀਓ, ਲਓ ਭਾਈ, ਖਾਣਾ ਛਾਣਾ ਖਾਣਾ ਦੱਸੋ, ਖਾਣੇ ਦਾ ਕਹੀਏ ਅੰਦਰ, ਜੋ ਖਾਣਾ ਪੀਣਾ ਦੱਸੋ, ਤੁਸੀਂ ਇੱਜ਼ਤ ਕਰਾਓ, ਤੁਸੀਂ ਤੁਹਾਡਾ ਆਪਣਾ ਘਰ ਆ ਇਹ, ਜਿੱਦਾਂ ਮਰਜ਼ੀ ਆਓ ਜਾਓ, ਆਹ ਤਾਂ ਨੀ ਨਾ ਤਰੀਕਾਕਾਰ ਇਹਨੂੰ ਢਾਉਣਾ ਆ, ਇਹਨੂੰ ਏਦਾਂ ਕਰਨਾ, ਨਹੀਂ ਨਹੀਂ ਕੋਈ ਨੀ, ਉਹ ਸਰ ਤੁਸੀਂ ਲਿਖ ਕੇ ਦੇ ਦੇਣਾ, ਕਿਸੇ ਨੇ ਪੁੱਛਣਾ ਨਹੀਂ, ਤੁਹਾਡੀ ਮਾਸ਼ਾਅੱਲਾ ਇੰਨੀ ਉੱਥੇ ਅਪਰੋਚ, ਲਿਖ ਦਿੰਦੇ ਮੈਂ ਲਿਖ ਦਿੰਦਾ ਵੀ ਯਾਰ ਇਹਨੂੰ ਅੱਜ ਨਾ ਢਾਓ, ਹੁਣੇ ਹੀ ਢਾਓ, ਅੱਜ ਨਾ ਢਾਓ ਹੁਣੇ ਹੀ ਢਾਓ, ਇਹਦਾ ਕੀ ਮਤਲਬ? ਇਹਦਾ ਮਤਲਬ ਮੈਂ ਦੱਸ ਦਾਂਗੀ, ਸ਼ੁਕਰ ਕਰ ਰਹੇ ਹੋ ਭਾਜੀ, ਮਜ਼ਾਕ ਦੇ ਆਤਾ ਭਾਈ ਤੁਹਾਡੇ ਨਾ, ਨਹੀਂ ਮੇਰੀ ਤੁਹਾਡੀ ਪਹਿਲੀ ਮੁਲਾਕਾਤ, ਮੇਰਾ ਤੁਹਾਡਾ ਮਜ਼ਾਕ ਹੈ ਹੀ ਨਹੀਂ। ਅੱਛਾ ਘਰ 'ਚ ਕਮਰੇ ਕਿੰਨੇ ਆ? 7 ਕਮਰੇ ਆ। ਇਹ ਮੈਨੂੰ ਲੱਗਦਾ ਵੀ 6 ਨੰਬਰ 'ਚ ਨਿਕਲਿਆ ਪੈਟਰੋਲ, 6 ਨੰਬਰ 'ਚ ਪੈਟਰੋਲ ਕਿੱਦਾਂ ਨਿਕਲਿਆ? ਉਦੋਂ ਨਾ ਕੋਈ ਸਮੈਲ ਆਉਣ ਡਈ ਆ, ਨਾ ਕੋਈ ਗੱਲ ਆ ਰਹੀ ਆ, ਨਾ ਖੁਸ਼ਬੂ ਆ ਰਹੀ ਆ, ਪੈਟਰੋਲ ਕਿੱਦਾਂ ਨਿਕਲਿਆ? ਸਮੈਲ ਮੈਨੂੰ ਤੁਹਾਡੇ ਕੋਲ, ਮੈਂ 6 ਨੰਬਰ 'ਚ ਸੌਣਾ ਹੈ, ਬਾਫੇ ਤੁਹਾਡੇ ਹੱਥਾਂ ਨਾਲ ਲੱਗਾ ਹੋਵੇ। ਆ ਘਰ 'ਚ ਕਮਰੇ ਕਿੰਨੇ ਆ ਤੁਹਾਡੇ? 7 ਕਮਰੇ ਆ। ਇਹ ਤਾਂ ਮਤਲਬ ਫਿਰ 5 ਨੰਬਰ 'ਚ ਪੈਟਰੋਲ ਨਿਕਲਿਆ? ਪਹਿਲਾਂ 6 'ਚ ਨਿਕਲਿਆ ਸੀ, ਹੁਣ 5 'ਚ ਲੱਗਿਆ, ਇਹ ਪੈਟਰੋਲ ਆ ਤੇਰਾ ਭਾਣਜਾ ਆ, ਇੱਧਰੋਂ ਨਿਕਲਦਾ ਉੱਧਰ ਵੜ ਜਾਂਦਾ, ਉੱਧਰੋਂ ਨਿਕਲਦਾ ਉੱਧਰ ਵੜ ਜਾਂਦਾ, ਹੈਂ ਪੈਟਰੋਲ ਘਰ ਜਵਾਈ ਰੱਖਿਆ ਆ, ਵੀ ਆਪਣੀ ਮਰਜ਼ੀ ਨਾਲ ਫਰੀਦੀ ਜਾਣ ਡਿਆ। ਬਦਤਮੀਜ਼ੀ ਕਰ ਰਹੇ ਤੁਸੀਂ ਸਰਕਾਰੀ ਮੁਲਾਜ਼ਮ ਨਾਲ, ਤੁਸੀਂ ਮੇਰਾ ਕਾਰਡ ਦੇਖਿਆ? ਮੈਂ ਵੇਖਿਆ, ਉਹ ਤੋਂ ਰਾਸ਼ਨ ਨਹੀਂ ਮਿਲਣਾ, ਨਾ ਤੇਰਾ ਇਲਾਜ ਹੋਣਾ ਉਹ ਤੋਂ, ਉਹ ਮੈਨੂੰ ਲੱਗਦਾ ਤੇ 3 ਨੰਬਰ 'ਚੋਂ ਨਿਕਲਿਆ। ਆਹ ਤੂੰ ਭਰ ਕੇ ਕੈਰ ਲਾ ਕੇ ਗਿਆ ਸੀ ਵੀ ਆ ਕੇ ਮੈਂ ਚਲਾਉਣਾ ਇੱਥੇ ਜਨਰੇਟਰ, ਵੀ ਬੱਤੀ ਗਈ ਹੈ ਤੇ ਆ ਜਾਂਦੀ ਇਹ ਮਕਾਨ, ਹਾਈ ਸਾਹਿਬ ਇਹ ਮਕਾਨ ਢੱਠਣਾ ਹੀ ਢੱਠਣਾ। ਕਿਉਂ ਢੱਠਣਾ ਹੈ? ਇਹ 4.5 ਲੱਖ ਦਾ ਬਣਿਆ ਢੱਠਣਾ, ਭਾਵੇਂ ਤੇ 10 ਕਰੋੜ ਮੈਂ ਤੇਰਾ ਉਹਨਾਂ ਖਾਨਦਾਨ ਨੀਆਂ ਥੱਲੇ ਦੇ ਦਵਾਂ। ਇਹ ਤੁਸੀਂ ਮੈਨੂੰ ਕਹਿ ਰਹੇ? ਤੈਨੂੰ ਕਹਿ ਰਹੇ? ਮੇਰਾ ਕਾਰਡ ਦੇਖਿਆ ਤੁਸੀਂ? ਦੇਖਿਆ ਆ, ਡਾਕਟਰ ਦਾ ਕਾਰਡ ਆ ਦਿਲ ਵਾਲੇ ਦਾ, ਵੀ ਇਹਨੂੰ ਚੈੱਕ ਕਰਾਓ ਜਾ ਕੇ। ਬਸ ਫਿਰ ਤੇਰਾ ਦਿਲ ਗਿਆ ਲੈ, ਤੇਰਾ ਜਾਣਾ ਆ। ਇਹ ਦੇਖੀ ਟੀਮਾਂ ਪਾਉਂਦੀਆਂ, ਕਰੋ ਕਰੇਨ ਟੀਮ, ਇੰਜ ਮੰਗਵਾਉਣ ਡਿਆ ਆ ਜਿਵੇਂ ਹਾਕੀ ਦੀ ਟੀਮ ਆ ਇਹ। ਓ ਹੈਲੋ, ਆ ਮੁੰਡੇ ਦਾ ਮੋਬਾਈਲ ਖਰਾਬ ਆ ਜਿਹੜਾ ਮਿੰਟ ਪਰ ਕਰਨ ਮੇਰੀ ਗੱਲ ਕਰਾ ਦੇ। ਹੈਲੋ ਕਰੀਓ ਗੱਲ, ਹੈਲੋ, ਹਾਂਜੀ ਬਸ਼ੀਰ ਸਾਹਿਬ, ਕਰੇਨ ਲੈ ਕੇ ਪਹੁੰਚੋ ਫੌਰੀ, ਮੈਂ ਲੋਕੇਸ਼ਨ ਸੈਂਡ ਕਰਦਾ ਤੁਹਾਨੂੰ। ਪਾਣੀ ਲੈ ਗਿਆ ਘੋਲ ਕੇ, ਹਾਂ ਹਾਂ ਆਪ ਨੂੰ ਅਸੀਂ ਬੁਲਾਓ ਕਰਾਂ, ਨਫਰੀ ਵੀ ਲੈ ਆਇਓ, ਬੰਦਾ ਕਿਉਂ ਹੱਥੀ ਪੈ ਰਿਹਾ ਵਾ, 2 ਡਾਲੇ ਲੈ ਆਓ, ਪਾਣੀ ਬਣਾਇਆ ਆਪਾਂ।
ਤੁਸੀਂ ਲੈ ਕੇ ਬਣਾਇਆ ਭਾਜੀ ਉਹ ਜਾਮੇ ਸ਼ੀਰੀ ਬਣਾਈ ਆ ਰਹਿਣ ਦਿਓ ਪਾਣੀ ਲੋਕੇਸ਼ਨ ਸੈਂਡ ਕਰ ਰਿਹਾ ਭਾਜੀ ਤੁਸੀਂ ਗੱਲ ਜ਼ਿਆਦਤੀ ਕਰ ਰਹੇ ਤੁਹਾਨੂੰ ਮਿਹਰਬਾਨੀ ਹੈ ਅੱਛੀ ਗੱਲ ਨਹੀਂ ਹੈ ਤੁਸੀਂ ਜਿਹੜੀ ਜ਼ਿਆਦਤੀ ਕੀਤੀ ਉਦੋਂ ਦਾ ਤੁਸੀਂ ਸਾਨੂੰ ਤੁਹਾਨੂੰ ਪਾਣੀ ਪਿਲਾਇਆ ਆ ਭਾਜੀ ਹੋਰ ਜ਼ਿਆਦਤੀ ਕੀ ਪਾਣੀ ਪਿਲਾਇਆ ਸਾਨੂੰ ਤੋਦੀ ਪਾਣੀ ਪਿਲਾ ਭਾਜੀ ਨੂੰ ਹੋਰ ਲਓ ਭਾਜੀ ਦਾ ਤਾਬਿਆਦਾਰ ਪਾਣੀ ਖਾਣਾ ਖਾਣਾ ਕੀ ਹੈ ਨਹੀਂ ਨਹੀਂ ਖਾਣਾ ਭਾਜੀ ਉਹ ਬਾਅਦ ਚ ਉਤਾਰਿਆ ਖਾਣਾ ਦੱਸੋ ਬਸ ਮਿਹਰਬਾਨੀ ਯਾਰ ਬੰਦੇ ਤੇ ਚੰਗੇ ਲੱਗਦੇ ਆ ਪਾਣੀ ਵੀ ਚੰਗਾ ਵਾ ਪਾਣੀ ਖਾਣਾ ਪੀਣਾ ਕੀ ਆ ਕਿਹਨੇ ਬਣਾਇਆ ਪਾਣੀ ਪਾਣੀ ਹੁਣ ਬਣਾ ਕੇ ਲੈ ਕੇ ਆਏ ਸਪੈਸ਼ਲ ਤੁਹਾਡੇ ਵਾਸਤੇ ਬਣਾਇਆ ਹਾਂਜੀ ਹਾਂਜੀ ਆ ਫੜ ਭਾਜੀ ਕੋ ਭਾਜੀ ਕੋ ਫੜ ਭਾਜੀ ਕੋ ਫੜ ਹੋ ਗਿਆ ਕੰਮ ਮਿਲੇ ਦਾ ਚੁੱਕੋ ਫੜੇ ਕੋ ਮੋਬਾਈਲ ਉਹ ਮੋਬਾਈਲ ਫੜ ਆਹ ਲੈ 3 ਫੁੱਟ ਸਾਨੂੰ ਜਗ੍ਹਾ ਦੇ ਰਹੇ ਆ ਸਾਡੀ ਜਗ੍ਹਾ ਹੀ ਨਹੀਂ ਹੈਗੀ ਅਸੀਂ ਤਾਂ ਸਾਹ ਲੈਣ ਬੈਠੇ ਆ ਸਾਡੇ ਤੇ ਉਹ ਮਜ਼ਦੂਰ ਪਾ ਕੇ ਤੁਸੀਂ ਵਿਚਾਰਾ ਪਾਣੀ ਇੱਥੇ ਰੱਖ ਗਏ ਚੱਲ ਨਿਕਲੀ ਚੱਲ ਇੱਧਰ ਦੀ ਆ ਜਾ ਇੱਧਰ ਦੀ ਜਾ